ਇਹ ਪਲੈਨਿੰਗ ਪਹਿਲਾਂ ਦੀ ਸੀਗੀ ਕਿ ਬੱਬਰ ਦੇ ਨਾਲ ਨਾਲ ਬੱਬਰ 2 ਵੀ ਆਏਗੀ ਜਾਂ ਪਹਿਲਾਂ ਹੀ ਮਤਲਬ ਹੁਣ ਅੱਜ ਰਿਸਪੌਂਸ ਵਧੀਆ ਮਿਲਿਆ ਤਾਂ ਫਾਈਨਲੀ ਰਿਲੀਜ਼ ਹੁੰਦਾ ਸਾਡੀ ਪਲੈਨਿੰਗ ਵੀ ਪਹਿਲਾਂ ਆਈ ਸੀ ਸ਼ੂਟ ਵੀ ਉਸ ਤਰੀਕੇ ਨਾਲ ਕੀਤੀ ਹੈ ਸਾਨੂੰ ਭਰੋਸਾ ਸੀ ਆਪਣੇ ਪ੍ਰੋਡਕਟ ਜਿਹੜੇ ਅੱਜ ਤੁਸੀਂ ਬੜਾ ਹਿੱਲੀ ਜਾ ਰਹੇ ਇਹ ਨਰਵਸਨੈਸ ਹੈ ਐਕਸਾਈਟਮੈਂਟ ਹੈ ਕਿਉਂਕਿ ਬੰਦਾ ਜਦੋਂ ਹਿਲਦਾ ਹੈ ਨਾ ਇੰਨਾ ਹੱਥ ਥੋੜਾ ਕੁਝ ਕਰਦਾ ਹੈ ਨਰਵਸ ਹੁੰਦਾ ਜਾਂ ਤਾਂ ਐਕਸਾਈਟਡ ਹੁੰਦਾ ਸੋ ਇਹ ਜਿਹੜੀ ਮੂਵਮੈਂਟ ਬਾਡੀ ਚ ਇੰਨੀ ਮਤਲਬ એનર્ਜੀ ਜੀ ਹੈ ਐਕਸਾਈਟਮੈਂਟ ਦੀ ਹੈ ਕਿ ਨਰਵਸਨੈਸ ਦੀ ਹੈ ਐਕਸਾਈਟਮੈਂਟ ਵਾਲੀ ਹੈ ਜੀ ਹੁਣ ਤੱਕ ਜਿੰਨਾ ਪਿਆਰ ਮਿਲ ਰਿਹਾ ਤਾਂ ਆਬਵੀਅਸਲੀ ਐਕਸਾਈਟਡ ਆ ਮੈਂ ਐਂਡ ਆਮ ਲਾਈਕ ਰੀਲੀ ਲਾਈਕ ਟੱਚਡ ਐਂਡ ਆਨਰਡ ਕਿ ਮੈਨੂੰ ਇੰਨਾ ਪਿਆਰ ਮਿਲਿਆ ਸਰ ਇੰਡਸਟਰੀ ਚ ਬਹੁਤ ਮੈਸੇਜਸ ਆਏ ਮੈਂ ਇੱਕ ਦਾ ਨਾਮ ਲਵਾਂਗਾ ਤਾਂ ਸਿਰ ਜ਼ਾਤੀ ਹੋ ਜਾਂਦੀ ਹੈ ਬਹੁਤ ਮੈਸੇਜਸ ਆਏ ਕ੍ਰੀਏਟਿਵ ਬੰਦਿਆਂ ਦੇ ਬਹੁਤ ਮੈਸੇਜ ਆਏ ਆਡੀਅנס ਦੇ ਬਹੁਤ ਸਾਰੇ ਕਹਿੰਦੇ ਕਿ ਅਮਰਤ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਕਿ ਪੰਜਾਬੀ ਸਿਨੇਮਾ 'ਚ ਵੀ ਇਦਾਂ ਦੀ ਫਿਲਮ ਬਣ ਜੂਗੀ ਐਡਾ ਵਧੀਆ ਐਕਸ਼ਨ ਐਡੀ ਵਧੀਆ ਸਟੋਰੀ ਲੋਕ ਕਹਿ ਰਹੇ ਆ ਜੋ ਵਾਰਨਿੰਗ ਨਾਲ ਕੰਪੇਅਰ ਹੋ ਰਹੀ ਹੈ ਮੂਵੀ ਨਹੀਂ ਵਾਰਨਿੰਗ ਨਾਲ ਕੰਟੈਂਟ ਨਹੀਂ ਕੰਪੇਅਰ ਹੋ ਰਿਹਾ ਜਨਰ ਸੇਮ ਹੈ ਪਰ ਕੰਟੈਂਟ ਸਾਡਾ ਡਿਫਰੈਂਟ ਸੀਗਾ ਵਾਰਨਿੰਗ ਦਾ ਡਿਫਰੈਂਟ ਹਾਂ ਡਾਇਰੈਕਟ ਵਾਰਨਿੰਗ ਤੇ ਸਾਡੀ ਫਿਲਮ ਦੀ ਇੱਕੋ ਗੱਲ ਸੇਮ ਹੈ ਕਿ ਡਾਇਰੈਕਟਰ ਸੇਮ ਹੈ ਦੋਨਾਂ ਦਾ लो जी फाइनली जिवें कि सिनेमा डे बाय डे पंजाबी सिनेमा इंप्रूव कर रहा है बब्बर फिल्म की इंटरव्यू पहला हुई अमृत मान जी की तो उन्होंने तुम बड़ा प्यार दिता हूँ फिल्म फाइनली रिलीज़ हो चुकी है तो थिएटर विजिट पर अज अमृत मान जी आए हुए हैं स्क्रीनिंग चल रही है तो नाल जुड़ गए ना सत श्री अकाल थैंक यू जी थैंक यू सो मच एंड मैं बहुत खुश हाँ कि ਸਾਡੀ ਫਿਲਮ ਨੂੰ ਡਿਫਰੈਂਟ ਤਰੀਕੇ ਦੀ ਫਿਲਮ ਬਣਾਈ ਬਹੁਤ ਪਸੰਦ ਕੀਤਾ ਸਾਰਿਆਂ ਨੇ ਵੈਸੇ ਮੈਂ ਪਹਿਲਾਂ ਹੀ ਦੱਸਦਾ ਕਿ ਜਿੱਦਾਂ ਤੁਸੀਂ ਸਭ ਨੂੰ ਖੁਦ ਹੀ ਦੱਸ ਹੀ ਦਿੱਤਾ ਹੁਣ ਅਨਾਉਂਸ ਕਰ ਹੀ ਦਿੱਤਾ ਬੱਬਰ 2 ਤੁਸੀਂ ਅਫੀਸ਼ੀਅਲੀ ਅਨਾਉਂਸ ਕਰ ਦਿੱਤੀ ਹੈ ਵੈਸੇ ਇਹ ਪਲੈਨਿੰਗ ਪਹਿਲਾਂ ਦੀ ਸੀਗੀ ਕਿ ਬੱਬਰ ਦੇ ਨਾਲ ਨਾਲ ਬੱਬਰ 2 ਵੀ ਆਏਗੀ ਜਾਂ ਪਹਿਲਾਂ ਹੀ ਮਤਲਬ ਹੁਣ ਅੱਜ ਰਿਸਪੌਂਸ ਵਧੀਆ ਮਿਲਿਆ ਤਾਂ ਫਾਈਨਲੀ ਰਿਲੀਜ਼ ਹੁੰਦਾ ਸਾਡੀ ਪਲੈਨਿੰਗ ਵੀ ਪਹਿਲਾਂ ਆਈ ਸੀ ਸ਼ੂਟ ਵੀ ਉਸ ਤਰੀਕੇ ਨਾਲ ਕੀਤੀ ਹੈ ਸਾਨੂੰ ਭਰੋਸਾ ਸੀ ਆਪਣੇ ਪ੍ਰੋਡਕਟ ਤੇ ਤੁਸੀਂ ਮੰਨੋਗੇ ਨਹੀਂ ਓਵਰਸੀਜ਼ ਦਾ ਕੈਨੇਡਾ ਤਾਂ ਬੱਲੇ ਬੱਲੇ ਹੋਈ ਪਈ ਹੈ ਸੋ ਮੈਂ ਕੈਨੇਡਾ ਜਾ ਵੀ ਰਿਹਾ ਸਟੂਡੈਂਟਸ ਨੂੰ ਮਿਲਣ ਉੱਥੇ ਬਹੁਤ ਵਧੀਆ ਲੱਗ ਰਿਹਾ ਹੈ ਫਿਲਮ ਇੰਟਰਵਲ ਤੇ ਇੱਕ ਟ੍ਰੈਜੇਡੀ ਤੇ ਰੁਕ ਗਈ ਹੈ ਜਿਵੇਂ ਕਿ ਤੁਸੀਂ ਵੀ ਦੇਖਿਆ ਸੋ ਹੁਣ ਇੰਟਰਵਲ ਤੋਂ ਇੰਟਰਵਲ ਹੋਇਆ ਇੰਟਰਵਲ ਤੋਂ ਬਾਅਦ ਅੰਮ੍ਰਿਤ ਮਾਨ ਦਾ ਕਿਹੜਾ ਐਸਾ ਰੂਪ ਹੈ ਜਿਹੜਾ ਦਰਸ਼ਕਾਂ ਨੂੰ ਹੁਣ ਮਤਲਬ ਥੀਏਟਰਸ ਚੋਂ ਵਾਹ ਵਾਹ ਕਰਕੇ ਸਾਰੇ ਨਿਕਲਣਗੇ ਦੇਖੋ ਜੀ ਲੋਕਾਂ ਨੂੰ ਇਹ ਪਸੰਦ ਆਇਆ ਕਿ ਜੋ ਜਿੱਦਾਂ ਦਾ ਮੈਥੋਂ ਕੈਰੈਕਟਰ ਭਾਲਦੇ ਸੀਗੇ ਜਿੱਦਾਂ ਉਹਨਾਂ ਨੂੰ ਪਸੰਦ ਸੀਗਾ ਜੋ ਆਪਾਂ OTT ਪਲੇਟਫਾਰਮਸ ਤੇ ਨੈਟਫਲਿਕਸ ਤੇ Amazon ਤੇ ਦੇਖਦੇ ਆ ਰਹੇ ਹਾਂ ਉਦਾਂ ਦਾ ਕੰਟੈਂਟ ਆ ਸੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਵੈਸੇ ਜਿਹੜੇ ਅੱਜ ਤੁਸੀਂ ਬੜਾ ਹਿੱਲੀ ਜਾ ਰਹੇ ਇਹ ਨਰਵਸਨੈਸ ਹੈ ਐਕਸਾਈਟਮੈਂਟ ਹੈ ਕਿਉਂਕਿ ਬੰਦਾ ਜਦੋਂ ਹਿਲਦਾ ਹੈ ਨਾ ਇੰਨਾ ਹੱਥ ਥੋੜਾ ਕੁਝ ਕਰਦਾ ਹੈ ਨਰਵਸ ਹੁੰਦਾ ਜਾਂ ਤਾਂ ਐਕਸਾਈਟਡ ਹੁੰਦਾ ਸੋ ਇਹ ਜਿਹੜੀ ਮੂਵਮੈਂਟ ਬਾਡੀ ਚ ਇੰਨੀ ਮਤਲਬ એનર્ਜੀ ਜੀ ਹੈ ਐਕਸਾਈਟਮੈਂਟ ਦੀ ਹੈ ਕਿ ਨਰਵਸਨੈਸ ਦੀ ਹੈ ਐਕਸਾਈਟਮੈਂਟ ਵਾਲੀ ਹੈ ਜੀ ਹੁਣ ਤੱਕ ਜਿੰਨਾ ਪਿਆਰ ਮਿਲ ਰਿਹਾ ਤਾਂ ਆਬਵੀਅਸਲੀ ਐਕਸਾਈਟਡ ਆ ਮੈਂ ਐਂਡ ਆਮ ਲਾਈਕ ਰੀਲੀ ਲਾਈਕ ਟੱਚਡ ਐਂਡ ਆਨਰਡ ਕਿ ਮੈਨੂੰ ਇੰਨਾ ਪਿਆਰ ਮਿਲਿਆ ਸਰ ਵੈਸੇ ਤੁਸੀਂ ਮੀਡੀਆ ਨੂੰ ਇੰਨੀ ਲੇਟ ਕਿਉਂ ਟਾਈਮ ਦਿੱਤਾ ਕਿਉਂਕਿ ਸਕਰੀਨਿੰਗ ਅਕਸਰ ਇੱਕ ਦਿਨ ਪਹਿਲਾਂ ਹੋ ਜਾਂਦੀ ਹੈ ਸੋ ਤੁਹਾਡੀ ਮੂਵੀ ਦੀ ਸਕਰੀਨਿੰਗ ਤੁਹਾਡਾ ਮੀਡੀਆ ਇਨਵੀਟੇਸ਼ਨ ਇੰਨੀ ਲੇਟ ਕਿਉਂ ਹੋਇਆ ਮੈਨੂੰ US ਜਾਣਾ ਪਿਆ ਮੇਰੇ ਸ਼ੋਅ ਕਰਕੇ ਤਾਂ 2-3 ਦਿਨ ਉੱਥੇ ਲੱਗ ਗਏ ਮੇਰੇ ਤੇ ਹੁਣ ਮੈਂ ਇੱਥੇ ਆਇਆ ਸਾਰੇ ਮੀਡੀਆ ਨੂੰ ਮਿਲੂੰਗਾ ਸਾਰੀ ਆਡੀਅנס ਨੂੰ ਮਿਲਾਂਗੇ ਆਪਾਂ ਵਰਡ ਆਫ ਮਾਊਥ ਆ ਜਿਹੜਾ ਇੰਨਾ ਪੋਜ਼ਿਟਿਵ ਆ ਰਿਹਾ ਸੋ ਬਾਬਾ ਜੀ ਮਿਹਰ ਕਰਨ ਅੱਛਾ ਇਸ ਦੌਰਾਨ ਜੋ 2-3 ਦਿਨਾਂ ਵਿੱਚ ਕਿਹੜੀ ਐਸੀ ਸਪੈਸ਼ਲ ਕਾਲ ਜਾਂ ਮੈਸੇਜ ਸੀ ਜਿਹੜੀ ਅਨਐਕਸਪੈਕਟਡ ਸੀ ਤੇ ਜਦੋਂ ਤੁਹਾਨੂੰ ਉਹ ਕਾਲ ਆਈ ਤਾਂ ਤੁਸੀਂ ਐਸੇ ਅੱਛਾ ਵਾਕਈ ਇਹਨੇ ਵੀ ਕਾਲ ਕੀਤੀ ਹੈ ਸਾਰੇ ਨੇ ਜੀ ਇੰਡਸਟਰੀ 'ਚ ਬਹੁਤ ਮੈਸੇਜਸ ਆਏ ਮੈਂ ਇੱਕ ਦਾ ਨਾਮ ਲਵਾਂਗਾ ਤਾਂ ਸਿਰ ਜ਼ਾਤੀ ਹੋ ਜਾਂਦੀ ਹੈ ਬਹੁਤ ਮੈਸੇਜਸ ਆਏ ਕ੍ਰੀਏਟਿਵ ਬੰਦਿਆਂ ਦੇ ਬਹੁਤ ਮੈਸੇਜ ਆਏ ਆਡੀਅנס ਦੇ ਬਹੁਤ ਸਾਰੇ ਕਹਿੰਦੇ ਕਿ ਅਮਰਤ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਕਿ ਪੰਜਾਬੀ ਸਿਨੇਮਾ 'ਚ ਵੀ ਇਦਾਂ ਦੀ ਫਿਲਮ ਬਣ ਜੂਗੀ ਐਡਾ ਵਧੀਆ ਐਕਸ਼ਨ ਐਡੀ ਵਧੀਆ ਸਟੋਰੀ ਲੋਕ ਕਹਿ ਰਹੇ ਆ ਜੋ ਸੋ ਅੱਜ ਦੇਖੋ ਕ੍ਰਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵਾਰਨਿੰਗ ਨਾਲ ਕੰਪੇਅਰ ਹੋ ਰਹੀ ਹੈ ਮੂਵੀ ਨਹੀਂ ਵਾਰਨਿੰਗ ਨਾਲ ਕੰਟੈਂਟ ਨਹੀਂ ਕੰਪੇਅਰ ਹੋ ਰਿਹਾ ਜਨਰ ਸੇਮ ਹੈ ਪਰ ਕੰਟੈਂਟ ਸਾਡਾ ਡਿਫਰੈਂਟ ਸੀਗਾ ਵਾਰਨਿੰਗ ਦਾ ਡਿਫਰੈਂਟ ਹਾਂ ਡਾਇਰੈਕਟ ਵਾਰਨਿੰਗ ਤੇ ਸਾਡੀ ਫਿਲਮ ਦੀ ਇੱਕੋ ਗੱਲ ਸੇਮ ਹੈ ਕਿ ਡਾਇਰੈਕਟਰ ਸੇਮ ਹੈ ਦੋਨਾਂ ਦਾ ਹੋਰ ਕੋਈ ਗੱਲ ਨਹੀਂ ਅੱਛਾ ਇੰਨੇ ਤੁਹਾਡੇ ਫੈਨਸ ਆਸੇ ਪਾਸੇ ਘੇਰ ਕੇ ਖੜੇ ਆ ਤੇ 1-2 ਲਾਈਨਸ ਕੋਈ ਗਾਣੇ ਦੀਆਂ ਤਾਂ ਬੰਦਿਆਂ ਨੇ ਹੁਣ ਓ ਕਿੱਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ ਅਸਲ ਆਏ ਭਾਈ ਦਾ ਨਹੀਂ ਟਾਈਮ ਤੇ ਚਲਾਈਦਾ ਗੱਡ ਮਾਸ ਲੂਕ ਹੈ ਮੋਢੇ ਤੇ ਬੰਦੂਕ ਹੈ ਇਕੱਠ ਕਰ ਦਿੰਨੇ ਆ ਨਹੀਂ ਜਿੱਥੇ ਜਿੱਥੇ ਜਾਈਦਾ ਥੈਂਕ ਯੂ ਸੋ ਮੱਚ ਤੇ ਇੱਕ ਵਾਰੀ ਫੇਰ ਤੋਂ ਆਲ ਦਾ ਬੈਸਟ ਬੱਬਰ ਲਈ ਤੇ ਹੁਣ ਤੁਸੀਂ ਆਪਣੇ ਫੈਨਸ ਨਾਲ ਤੇ ਬਾਕੀ ਮੀਡੀਆ ਨਾਲ ਗੱਲਬਾਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ